ਇਸ ਵੇਲੇ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਅਤੇ ਕਣਕ ਜਿਹੜੀ ਆ ਖੇਤਾਂ ਦੇ ਵਿੱਚ ਪੱਕੀ ਖੜ੍ਹੀ ਹੈ ਅਤੇ ਲੋਕਾਂ ਨੇ ਜਲਦੀ ਹੀ ਉਸਨੂੰ ਵੱਢਣਾ ਵੀ ਸ਼ੁਰੂ ਕਰ ਦੇਣਾ ਅਤੇ ਕਈਆਂ ਨੇ ਵੱਢ ਵੀ ਲੈਣੀ ਹੋਣੀ ਹੈ। ਅਤੇ ਇਹ ਸਭ ਦੇ ਚੱਲਦੇ ਜਦੋਂ ਖੜ੍ਹੀ ਕਣਕ ਹੈ ਤਾਂ ਉਸਨੂੰ ਬਚਾਅ ਕਈ ਢੰਗਾਂ ਦੇ ਨਾਲ ਕਰਨਾ ਪੈਂਦਾ ਅਤੇ ਜੇ ਦੇਖਿਆ ਜਾਵੇ ਤਾਂ ਕਿਸੇ ਨਾ ਕਿਸੇ ਢੰਗ ਨਾਲ ਕਿਸੇ ਦੀ ਫਸਲ ਦਾ ਨੁਕਸਾਨ ਹੋ ਜਾਂਦਾ, ਚਾਹੇ ਕੋਈ ਕਿਸੇ ਨੂੰ ਅੱਗ ਫਸਲ ਨੂੰ ਅੱਗ ਲੱਗ ਜਾਂਦੀ ਹੈ ਜਾਂ ਕਿਸੇ ਦੇ ਕਾਰਨ ਕੋਈ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਇਸ ਵੇਲੇ ਪੱਕੀ ਹੋਈ ਕਣਕ ਦੀ ਫਸਲ ਦੇ ਉੱਤੇ ਹੋ ਜਾਂਦੇ ਨੇ। ਤਾਂ ਇਸ ਸਭ ਦੇ ਚੱਲਦੇ ਇਸ ਨੁਕਸਾਨਾਂ ਤੋਂ ਬਚਾਅ ਕਿਵੇਂ ਕੀਤਾ ਜਾਏ ਜਾਂ ਇਹ ਨੁਕਸਾਨ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਉਹਦੇ ਲਈ ਗੱਲ ਸਾਹਮਣੇ ਇਹ ਰੱਖੀ ਗਈ ਕਿ ਕਣਕ ਦੀ ਹਾੜੀ ਦੀ ਮੁੱਖ ਫਸਲ ਹੈ, ਪਰ ਹਰ ਸਾਲ ਕਿਸਾਨ ਜਿਹੜਾ ਪੁੱਤਾਂ ਵਾਂਗ ਪਾਲੀ ਕਣਕ ਦੀ ਹਜ਼ਾਰਾਂ ਏਕੜ ਫਸਲ ਜਿਹੜੀ ਹੈ ਕਈ ਵਾਰੀ ਕਿਸੇ ਚੀਜ਼ ਦੀ ਬਲੀ ਚੜ੍ਹ ਜਾਂਦੀ ਹੈ, ਚਾਹੇ ਉਹ ਅੱਗ ਦੀ, ਚਾਹੇ ਮੀਂਹ ਝੱਖੜ ਦੀ, ਕਿਸੇ ਵੀ ਢੰਗ ਨਾਲ ਕਹਿ ਲਈਏ, ਪਰ ਜਿਸ ਕਾਰਨ ਲੱਖਾਂ ਰੁਪਇਆਂ ਦਾ ਨੁਕਸਾਨ, ਆਰਥਿਕ ਨੁਕਸਾਨ ਹੁੰਦਾ ਹੈ। ਪਰ ਪਿਛਲੇ ਸਮੇਂ ਦੌਰਾਨ ਇਹ ਵੀ ਦੇਖਿਆ ਗਿਆ ਕਿ ਕਣਕ ਦੀ ਕਟਾਈ ਦੇ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋ ਗਈਆਂ ਤਾਂ ਬਿਜਲੀ ਦੇ ਟਰਾਂਸਫਾਰਮਰਾਂ ਤੋਂ ਨਿਕਲੇ ਚੰਗਿਆੜਾਂ ਦੇ ਕਾਰਨ ਮਜ਼ਦੂਰ ਦੁਆਰਾ ਸੁੱਟੀ ਸੁਲਗ ਦੀ ਬੀੜੀ, ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਦੇ ਕਾਰਨ ਕਣਕ ਦੀ ਫਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ ਅਤੇ ਜਿਸ ਨਾਲ ਫਸਲ ਦੇ ਨੁਕਸਾਨ ਹੋਣ ਦੇ ਨਾਲ ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਦਾ ਵੀ ਬਹੁਤ ਨੁਕਸਾਨ ਹੋ ਜਾਂਦਾ ਹੈ। ਜੇਕਰ ਕੁਝ ਗੱਲਾਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਕਣਕ ਦੀ ਕਟਾਈ ਅਤੇ ਤੂੜੀ ਬਣਾਉਣ ਦੇ ਸਮੇਂ ਫਸਲ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਇਆ ਜਾ ਸਕਦਾ ਹੈ ਜਾਂ ਕਹਿ ਲਈਏ ਕਿ ਬਚਿਆ ਵੀ ਜਾ ਸਕਦਾ। ਤਾਂ ਸਭ ਜੇ ਗੱਲ ਕਰੀਏ ਤਾਂ ਹੁਣ ਅੱਗ ਤੋਂ ਬਚਾਉਣ ਦੀ, ਤਾਂ ਆਮ ਕਰਕੇ ਜਿਹੜੀ ਕਣਕ ਦੀ ਪੱਕੀ ਫਸਲ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਦੁਰਘਟਨਾਵਾਂ ਦੇ ਲਈ ਜਿਹੜਾ ਉਹ ਖੇਤਾਂ ਦੇ ਵਿੱਚ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੇ ਆਪਸ ਵਿੱਚ ਟਕਰਾਉਣ ਨਾਲ ਪੈਦਾ ਹੋਏ ਚੰਗਿਆੜੀਆਂ 'ਚ ਮੰਨਿਆ ਜਾਂਦਾ, ਕਿਉਂਕਿ ਕਣਕ ਸੁੱਕੀ ਹੁੰਦੀ ਹੈ, ਬਿਲਕੁਲ ਪੱਕੀ ਹੁੰਦੀ ਹੈ। ਤਾਂ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਦੀ ਉੱਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਕਣਕ ਦੀ ਕਟਾਈ ਸਮੇਂ ਕੰਬਾਈਨ, ਹਾਰਵੈਸਟਰ, ਛੱਤਰੀ ਸਮੇਤ ਆਸਾਨੀ ਨਾਲ ਨਿਕਲ ਸਕੇ। ਤਾਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਟਰਾਂਸਫਾਰਮ ਜੀਓ ਦੇ ਵਿੱਚ ਜਿਹੜੀਆਂ ਸਪਾਰਕਿੰਗ ਜਾਂ ਬਿਜਲੀ ਦੀ ਸਪਾਰਕਿੰਗ ਦੀ ਸੂਚਨਾ ਦੇਣ ਦੇ ਲਈ ਕੰਟਰੋਲ ਰੂਮ ਦੇ 2 ਵਟਸਐਪ ਨੰਬਰ ਜਾਰੀ ਕੀਤੇ ਗਏ ਨੇ, ਤਾਂ ਉਹਨਾਂ ਉੱਤੇ ਵੀ ਤੁਸੀਂ ਸੂਚਨਾ ਦਿੱਤੀ ਜਾ ਸਕਦੀ ਹੈ ਜਿਸ 'ਤੇ ਕਿਸੇ ਵੀ ਨੁਕਸਾਨ ਦੀ ਬਿਜਲੀ ਤਾਰਾਂ ਢਿੱਲੀਆਂ ਹੋਣ ਤੋਂ ਜਿਹੜਾ ਉਹ ਕਿਸਾਨ ਉਸਦੇ ਚੰਗਿਆੜਿਆਂ ਤੋਂ ਜਾਂ ਫਸਲ ਤੋਂ ਅੱਗ ਲੱਗਣ ਤੋਂ ਬਚ ਸਕਦਾ ਹੈ। ਵਟਸਐਪ ਨੰਬਰ ਦੇ ਵਿੱਚ 96461 ਅਤੇ 06635 ਅਤੇ 96461 ਅਤੇ 06836 ਨੰਬਰ ਜਿਹੜੇ ਨੇ ਉਹ ਇਸ ਦੇ ਲਈ ਜਾਰੀ ਕੀਤੇ ਗਏ ਨੇ, ਜਿੱਥੇ ਤੁਸੀਂ ਬਿਜਲੀ ਦੀਆਂ ਤਾਂ ਢਿੱਲੀਆਂ ਤਾਰਾਂ ਦੇ ਤੋੜ ਦੇ ਸਕਦੇ ਹੋ। ਜਿੱਥੇ ਸਪਾਰਕਿੰਗ ਵਾਲੇ ਸਥਾਨਾਂ ਦੀ ਫੋਟੋ, ਪੂਰਾ ਪਤਾ ਅਤੇ GPS ਲੋਕੇਸ਼ਨ ਭੇਜੀ ਵੀ ਜਾ ਸਕਦੀ ਹੈ, ਤੁਸੀਂ ਉਹਦੇ 'ਤੇ ਇਸ ਢੰਗ ਨਾਲ ਵੀ ਔਨਲਾਈਨ ਵੀ ਅਪਲਾਈ ਕਰ ਸਕਦੇ ਹੋ। ਇਸ ਕੰਮ ਨੂੰ ਪਹਿਲ ਦੇ ਆਧਾਰ ਉੱਤੇ ਕਰਵਾ ਲੈਣਾ ਚਾਹੀਦਾ ਹੈ ਅਤੇ ਜਿਸ ਤਰ੍ਹਾਂ ਕਰਨ ਦੇ ਨਾਲ ਅੱਗ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ। ਇਹ ਇੱਕ ਪਹਿਲਾ ਕਾਰਨ ਹੈ ਜਿਸ ਤੋਂ ਤੁਸੀਂ ਬਚ ਸਕਦੇ ਹੋ। ਫਿਰ ਦੂਜੇ ਕਾਰਨ ਦੀ ਗੱਲ ਕਰੀਏ, ਕੰਬਾਈਨ ਹਾਰਵੈਸਟਰਾਂ ਨੂੰ ਚਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਸਤਰੀ ਤੋਂ ਚੈੱਕ ਕਰਵਾ ਲਈ ਜਾਵੇ ਤਾਂ ਜੋ ਕੰਬਾਈਨ ਹਾਰਵੈਸਟਰ ਦੇ ਪੁਰਜ਼ਾ ਤੋਂ ਨਿਕਲ ਵਾਲੀਆਂ ਚੰਗਿਆੜੀਆਂ ਜਾਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ। ਅਤੇ ਕੰਬਾਈਨ ਹਾਰਵੈਸਟਰ ਨੂੰ ਖੰਭਿਆਂ, ਬਿਜਲੀ ਦੀਆਂ ਤਾਰਾਂ ਅਤੇ ਖਿੱਚਾਂ ਨਾਲ ਟਕਰਾਉਣ ਤੋਂ ਬਚਾਇਆ ਜਾਣਾ ਚਾਹੀਦਾ, ਫਿਰ ਇਹ ਵੀ ਜਿਹੜਾ ਨੁਕਸਾਨ ਹੋਣ ਤੋਂ ਬਚ ਸਕਦਾ। ਅਤੇ ਹੁਣ ਇਹਦੇ ਵਿੱਚ ਅਗਲਾ ਜੇ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਹੈ ਕਿ ਟਰਾਂਸਫਾਰਮਰ ਜਿਹੜੇ ਨੇ ਜਿੱਥੇ ਬਿਜਲੀ ਦੀ ਸਪਾਰਕਿੰਗ ਵੀ ਹੁੰਦੀ ਆ ਉੱਥੇ ਵੀ ਗੱਲ ਜਿਹੜੀ ਇਹ ਲਾਗੂ ਹੋ ਜਾਂਦੀ ਆ। ਤਾਂ ਕਣਕ ਦੀ ਕਟਾਈ ਜ਼ਰੂਰੀ ਜਿਹੜੇ ਨਾਲ, ਉਸ ਤੋਂ ਇਲਾਵਾ ਇਹ ਦੂਜਾ ਕੰਮ ਜ਼ਰੂਰੀ ਹੈ ਕਿ ਇਸ ਵੇਲੇ ਉਹ ਹੁੰਦਾ ਕਿ ਖੇਤਾਂ ਦੇ ਵਿੱਚ ਮੌਜੂਦ ਟਰਾਂਸਫਾਰਮਰਾਂ ਦੇ ਆਲੇ ਦੁਆਲੇ ਉਹ ਤਕਰੀਬਨ 1 ਮਰਲੇ ਦੇ ਰਕਮੇ ਵਿੱਚੋਂ ਕਣਕ ਦੀ ਕਟਾਈ ਕਰਕੇ ਵੱਖਰੀ ਰੱਖਣੀ ਚਾਹੀਦੀ ਹੈ ਜਾਂ ਉਹਨੂੰ ਪਹਿਲਾਂ ਹੀ ਕੱਟ ਦੇਣਾ ਚਾਹੀਦਾ, ਵੱਢ ਲੈਣੀ ਚਾਹੀਦੀ ਹੈ ਉੱਥੋਂ ਦੀ ਤਾਂ ਜੋ ਚੰਗਿਆੜੇ ਡਿੱਗ ਵੀ ਜਾਣ ਤਾਂ ਧਰਤੀ 'ਤੇ ਹੀ ਹੋਣ। ਤਾਂ ਆਮ ਦੇਖਿਆ ਗਿਆ ਕਿ ਇਹਨਾਂ ਦੌਰਾਨ ਜਿਹੜੇ ਦਿਨ ਆ ਚੱਲਦੇ ਨੇ ਉਦੋਂ ਦੌਰਾਨ ਟਰਾਂਸਫਾਰਮਰ ਜੀਓ ਸਵਿੱਚ ਦੀ ਪਾਰਕਿੰਗ ਜਿਹੜੀ ਹੈ ਕਾਰਨ
ਵਿਚਲੇ ਜਿਹੜੇ ਚੰਗਿਆਰੇ ਨਿਕਲਦੇ ਨੇ ਉਹਨਾਂ ਨਾਲ ਕਣਕ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ। ਤਾਂ ਇਸ ਨੁਕਸਾਨ ਤੋਂ ਬਚਣ ਲਈ ਵੀ ਇਹ ਜ਼ਰੂਰੀ ਹੈ ਕਿ ਇਸ ਵਕਤ ਕਣਕ ਦੀ ਕਟਾਈ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਟਰਾਂਸਫਾਰਮ ਦੇ ਆਲੇ ਦੁਆਲੇ ਉਹ ਤਕਰੀਬਨ ਇੱਕ ਮਰਲੇ ਦੇ ਰਕਬੇ ਵਿੱਚੋਂ ਕਣਕ ਦੀ ਕਟਾਈ ਹੱਥ ਨਾਲ ਕਰਕੇ ਵੱਖਰੀ ਸਾਂਭ ਲੈਣੀ ਚਾਹੀਦੀ ਹੈ, ਜਿਸ ਕੱਟੀ ਹੋਈ ਫਸਲ ਨੂੰ ਕੰਬਾਈਨ ਨਾਲ ਕਟਾਈ ਸਮੇਂ ਮਸ਼ੀਨਾਂ ਦੇ ਅੱਗੇ ਰੱਖਿਆ ਜਾ ਸਕਦਾ ਹੈ। ਅਤੇ ਅਜਿਹਾ ਕਰਨ ਦੇ ਨਾਲ ਕਿਸੇ ਵੀ ਟਰਾਂਸਫਾਰਮ ਤੋਂ ਨਿਕਲੇ ਚੰਗਿਆਰੇ ਨੇ ਜੋ ਉਹਨਾਂ ਤੋਂ ਹੋਣ ਵਾਲਾ ਨੁਕਸਾਨ ਹੈ ਉਹ ਤੋਂ ਬਚਿਆ ਜਾ ਸਕਦਾ, ਅਤੇ ਟਰਾਂਸਫਾਰਮ ਦਾ ਸਵਿੱਚ ਵੀ ਜਿਹੜਾ ਉਹ ਕੱਟਿਆ ਜਾ ਸਕਦਾ, ਅਤੇ ਟਰਾਂਸਫਾਰਮ ਦੇ ਆਲੇ ਦੁਆਲਿਓਂ ਕਟਾਈ ਕੀਤੇ ਖੇਤ ਨੂੰ ਪਾਣੀ ਨਾਲ ਗਿੱਲਾ ਕਰ ਦੇਣਾ ਚਾਹੀਦਾ ਤਾਂ ਜੋ ਚੰਗਿਆੜਿਆਂ ਗਿਰਨ ਤਾਂ ਜਲਦੀ ਬੁੱਝ ਜਾਣ। ਬਾਂਸ ਜਾਂ ਸੋਟੀ ਨਾਲ ਬਿਜਲੀ ਦੀ ਲਾਈਨ ਨੂੰ ਨਹੀਂ ਛੇੜਨਾ ਚਾਹੀਦਾ। ਕਣਕ ਦੀ ਫਸਲ ਨੇੜੇ ਕਿਸੇ ਵਿਅਕਤੀ ਨੂੰ ਸਿਗਰਟ ਜਾਂ ਬੀੜੀ ਨਹੀਂ ਪੀਣ ਦਿੱਤੀ ਜਾਣੀ ਚਾਹੀਦੀ, ਅਤੇ ਖੇਤਾਂ ਵਿੱਚ ਲੱਗੇ ਟਰਾਂਸਫਾਰਮਾਂ ਦੇ ਆਲੇ ਦੁਆਲੇ ਦੇ 10 ਮੀਟਰ ਦੇ ਘੇਰੇ ਨੂੰ ਗਿੱਲਾ ਕਰਕੇ ਰੱਖਿਆ ਜਾਵੇ ਤਾਂ ਜੋ ਜੇਕਰ ਕੋਈ ਚੰਗਿਆੜੀ ਡਿੱਗ ਵੀ ਜਾਵੇ ਤਾਂ ਉਸ ਨਾਲ ਅੱਗ ਲੱਗਣ ਤੋਂ ਬਚਾਅ ਹੋ ਸਕੇ। ਇਹਦੇ ਨਾਲ ਨਾਲ ਜੇ ਹੁਣ ਕਰੀਏ ਤਾਂ ਇਹ ਵੀ ਗੱਲ ਸਾਹਮਣੇ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਕਹਿੰਦੇ ਰੀਪਰ ਚਲਾਇਆ ਜਾਂਦਾ, ਪਰ ਉਹ ਫਿਰ ਇੱਥੇ ਕਹਿੰਦੇ ਹੈ ਕਿ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਤੱਕ ਤੂੜੀ ਬਣਾਉਣ ਦੇ ਲਈ ਰੀਪਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਹਵਾ ਦੇ ਵਿੱਚ ਨਮੀ ਅਤੇ ਤਰੇਲ ਹੋਣ ਦੇ ਕਾਰਨ ਕਣਕ ਦੇ ਦਾਣਿਆਂ ਅਤੇ ਨਾੜ ਦੇ ਵਿੱਚ ਕੁਝ ਨਮੀ ਰਹਿ ਸਕਦੀ ਹੈ, ਤਾਂ ਨਮੀ ਵਾਲੇ ਨਾੜ ਨੂੰ ਰੀਪਰ ਨਾਲ ਤੂੜੀ ਬਣਾਉਣ ਸਮੇਂ ਕਈ ਵਾਰ ਅੱਗ ਲੱਗ ਜਾਂਦੀ ਹੈ, ਤਾਂ ਜਿਸ ਨਾਲ ਮਸ਼ੀਨਰੀ ਦੇ ਨਾਲ ਨਾਲ ਕਣਕ ਦੇ ਨਾੜ ਅਤੇ ਕਣਕ ਦੀ ਫਸਲ ਨੂੰ ਵੀ ਅੱਗ ਲੱਗ ਸਕਦੀ ਹੈ। ਇਸ ਲਈ ਕਣਕ ਦੀ ਕਟਾਈ ਦਾ ਕੰਮ ਮੁਕੰਮਲ ਹੋਣ ਉਪਰੰਤ ਹੀ ਤੂੜੀ ਬਣਾਉਣ ਲਈ ਰੀਪਰ ਦੀ ਵਰਤੋਂ ਕਰਨੀ ਚਾਹੀਦੀ ਹੈ। ਵਾਤਾਵਰਨ ਪ੍ਰਦੂਸ਼ਿਤ ਹੋਣ ਨਾਲ ਕਰੋਨਾ ਸਾਹ ਦਮਾ ਦੀ ਬਿਮਾਰੀ ਨਾਲ ਪ੍ਰਭਾਵਿਤ ਵਿਅਕਤੀਆਂ ਨੂੰ ਸਾਹ ਲੈਣ ਵਿੱਚ ਵੀ ਇਹਦੇ ਨਾਲ ਤਕਲੀਫ ਹੁੰਦੀ ਹੈ, ਤਾਂ ਉਸ ਤੋਂ ਬਾਅਦ ਇਹ ਵੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਕੋਲ ਫਸਲਾਂ ਦੇ ਉੱਪਰ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਟਰੈਕਟਰ ਨਾਲ ਚੱਲਣ ਵਾਲੇ ਸਪਰੇ ਪੰਪ ਮੌਜੂਦ ਨੇ, ਤਾਂ ਜਿਨ੍ਹਾਂ ਦੀਆਂ ਜਿਹੜੀਆਂ ਟੈਂਕੀਆਂ ਦੇ ਵਿੱਚ ਤਕਰੀਬਨ 1000 ਲੀਟਰ ਪਾਣੀ ਭਰਿਆ ਜਾ ਸਕਦਾ ਹੈ, ਤਾਂ ਇਹਨਾਂ ਸਪਰੇ ਪੰਪਾਂ ਦੀਆਂ ਟੈਂਕੀਆਂ ਨੂੰ ਕਣਕ ਦੀ ਫਸਲ ਦੇ ਪੱਕਣ ਤੋਂ ਲੈ ਕੇ ਤੂੜੀ ਬਣਾਉਣ ਤੱਕ ਪਾਣੀ ਨਾਲ ਭਰ ਕੇ ਰੱਖ ਲੈਣਾ ਚਾਹੀਦਾ, ਤਾਂ ਜੋ ਕਿਤੇ ਕਣਕ ਦੀ ਫਸਲ ਜਾਂ ਨਾੜ ਨੂੰ ਕਿਸੇ ਅੱਗ ਲੱਗਣ ਦੀ ਘਟਨਾ ਵਾਪਰਦੀ ਵੀ ਜਾਂਦੀ ਹੈ ਤਾਂ ਇਸ ਜਮ੍ਹਾਂ ਕੀਤੇ ਪਾਣੀ ਦੀ ਵਰਤੋਂ ਤੁਰੰਤ ਕੀਤੀ ਜਾ ਸਕੇ ਅਤੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਕਈ ਵਾਰ ਦੂਰ ਦੁਰਾਡੇ ਖੇਤਾਂ ਵਿੱਚ ਅੱਗ ਬਚਾਊ ਗੱਡੀਆਂ ਸਮੇਂ ਸਿਰ ਨਹੀਂ ਪਹੁੰਚ ਸਕਦੀਆਂ, ਜਿਸ ਕਾਰਨ ਅੱਗ ਦੇ ਉੱਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਹੈ, ਤਾਂ ਅਜਿਹੇ ਹਾਲਾਤਾਂ ਦੇ ਵਿੱਚ ਟਰੈਕਟਰ ਨਾਲ ਚੱਲਣ ਵਾਲੇ ਸਪਰੇ ਪੰਪ ਕੰਮ ਆ ਸਕਦੇ ਨੇ, ਤਾਂ ਆਪਣੇ ਟਿਊਬਵੈੱਲ ਦੇ ਚਵੱਚਿਆਂ ਦੇ ਵਿੱਚ ਪਾਣੀ ਭਰ ਕੇ ਰੱਖਿਆ ਜਾਵੇ ਤਾਂ ਜੋ ਕਿਸੇ ਵੀ ਸੰਕਟਕਾਲੀਨ ਹਾਲਾਤ ਦੇ ਵਿੱਚ ਪਾਣੀ ਦੀ ਵਰਤੋਂ ਕੀਤੀ ਜਾ ਸਕੇ। ਹਰੇਕ ਕਿਸਾਨ ਨੂੰ ਅੱਗ ਬਚਾਊ ਮਹਿਕਮੇ ਦਾ ਨੰਬਰ ਜ਼ਰੂਰ ਰੱਖਣਾ ਚਾਹੀਦਾ ਤਾਂ ਜੋ ਜ਼ਰੂਰਤ ਪੈਣ ਦੇ ਉੱਤੇ ਤੁਰੰਤ ਅੱਗ ਬਚਾਊ ਮਹਿਕਮੇ ਨਾਲ ਰਾਬਤਾ ਕੀਤਾ ਜਾ ਸਕੇ। ਕਣਕ ਦੀ ਕਟਾਈ ਫਸਲ ਦੇ ਪੂਰੀ ਤਰ੍ਹਾਂ ਪੱਕਣ 'ਤੇ ਹੀ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਫਸਲ ਦੀ ਕਟਾਈ ਪੱਕਣ ਤੋਂ ਪਹਿਲਾਂ ਹੀ ਕਰ ਲਈ ਜਾਵੇ ਤਾਂ ਦਾਣਿਆਂ ਵਿੱਚ ਨਮੀ ਜ਼ਿਆਦਾ ਰਹਿਣ ਦੇ ਕਾਰਨ ਉਪਜ ਦੇ ਮਿਆਰੀਪਣ ਦੇ ਉੱਤੇ ਵੀ ਅਸਰ ਪੈਂਦਾ। ਜੇਕਰ ਦਾਣੇ ਦੰਦਾਂ ਨਾਲ ਦਬਾਉਣ ਅਤੇ ਕੜਕ ਕਰਕੇ ਟੁੱਟਣ ਤਾਂ ਸਮਝੋ ਨਮੀ ਦੀ ਮਾਤਰਾ ਪੂਰੀ ਹੈ, ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਹੋਰ ਸੁਕਾਉਣ ਦੀ ਜ਼ਰੂਰਤ ਹੈ। ਇਸ ਲਈ ਜ਼ਰੂਰੀ ਹੈ ਫਸਲ ਚੰਗੀ ਤਰ੍ਹਾਂ ਪੱਕਣ 'ਤੇ ਹੀ ਕੱਟੀ ਜਾਵੇ। ਕੰਬਾਈਨ ਚਲਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਤਾਂ ਹੋਣਾ ਚਾਹੀਦਾ, ਅਤੇ ਇਸ ਸਭ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣੇ ਫਸਲ ਦੇ ਨੁਕਸਾਨ ਜਿਹੜਾ ਕਦੇ ਨਾ ਕਦੇ ਕਿਸੇ ਅਣਸੁਖਾਵੀਂ ਘਟਨਾ ਦੇ ਕਾਰਨ ਹੁੰਦਾ ਉਹਦੇ ਤੋਂ ਬਚਿਆ ਜਾ ਸਕਦਾ।